ਵਿੱਚ ਜਦੋਂ ਤੁਹਾਨੂੰ ਪਤਾ ਲੱਗਿਆ ਕਿ ਦਾਰ ਹੈਗਾ ਤੁਹਾਡਾ ਤਾਂ ਸਟੋਰੀ ਬਾਰੇ ਤੁਸੀਂ ਦੇਖਿਆ ਕਿੱਦਾਂ ਲੱਗਿਆ ਤੁਹਾਨੂੰ? ਇਹ ਜਿਹੜਾ ਕਰੈਕਟਰ ਆ ਮੇਰੀ ਪਰਸਨੈਲਿਟੀ ਤੋਂ ਬਹੁਤ ਹੀ ਡਿਫਰੈਂਟ ਆ ਅਤੇ ਮੈਨੂੰ ਲੱਗਦਾ ਇੱਦਾਂ ਦਾ ਕਰੈਕਟਰ ਆ ਜਿਹਦੇ ਵਿੱਚ ਮੈਨੂੰ ਮਤਲਬ ਬਹੁਤ ਸਾਰੇ ਸ਼ੇਡਸ ਮੈਂ ਪਲੇ ਕੀਤੇ ਨੇ ਅਤੇ ਮੈਨੂੰ ਲੱਗਦਾ ਇੱਕ ਐਕਟਰ ਲਈ ਸਭ ਤੋਂ ਵਧੀਆ ਗੱਲ ਇਹੀ ਹੁੰਦੀ ਆ ਕਿ ਉਹਨੂੰ ਕੁਝ ਚੈਲੇਂਜਿੰਗ ਕੁਝ ਡਿਫਰੈਂਟ ਕਰਨ ਨੂੰ ਮਿਲੇ ਹੈ ਨਾ ਆਪਣੀ ਪਰਸਨੈਲਿਟੀ ਤੋਂ ਹੱਟ ਕੇ ਅਤੇ ਮੈਨੂੰ ਲੱਗਦਾ ਉਹ ਚੀਜ਼ ਮੈਨੂੰ ਕਰਨ ਨੂੰ ਮਿਲੀ ਹੈ ਇਸ ਫਿਲਮ 'ਚ। ਇਹਦੇ ਵਿੱਚ ਜਿਹੜਾ ਮੇਰਾ ਕਰੈਕਟਰ ਆ ਉਹਦਾ ਨਾਂ ਆ ਰੂਪ। ਰੂਪ ਬਹੁਤ ਹੀ ਪਿਆਰੀ ਜਿਹੀ ਕੁੜੀ ਆ ਅਤੇ ਉਹਦੀ ਫੈਮਿਲੀ ਆ ਬਹੁਤ ਹੀ ਹੈਪੀ ਫੈਮਿਲੀ ਆ, ਛੋਟੀ ਜਿਹੀ ਹੈਪੀ ਫੈਮਿਲੀ ਆ, ਪਿਆਰੀ ਜਿਹੀ ਬੇਟੀ ਆ ਉਹਦੀ, ਬਹੁਤ ਜ਼ਿਆਦਾ ਪਿਆਰ ਕਰਨ ਵਾਲਾ ਹਸਬੈਂਡ ਆ, ਬਟ ਉਹਦੇ ਤੋਂ ਹੱਟ ਕੇ ਵੀ ਰੂਪ ਦੇ ਕੁਛ ਡਰੀਮਸ ਨੇ ਅਤੇ ਡਿਜ਼ਾਇਰ ਨੇ ਅਤੇ ਉਹ ਪੂਰੇ ਕਰਨ ਲਈ ਉਹ ਕੀ ਕਰਦੀ ਆ ਕੀ ਨਹੀਂ ਕਰਦੀ ਇਹ ਤੁਹਾਨੂੰ ਇਸ ਕਹਾਣੀ 'ਚ ਦੇਖਣ ਨੂੰ ਮਿਲੂਗਾ। ਤੁਸੀਂ ਇਹਨਾਂ ਦੇ ਪੜੋਸੀ ਬਹੁਤ ਪਿਆਰੇ ਪੜੋਸੀ ਹੋ, ਸ਼ਰਾਰਤੀ ਪੜੋਸੀ ਹੈਗੇ ਇੱਕ ਤਰ੍ਹਾਂ ਦੇ। ਮੈਂ ਬਸ ਇਹੀ ਕਹੂੰਗਾ ਜਦੋਂ ਮੂਵੀ 'ਚ ਸਭ ਕੁਛ ਸੀਰੀਅਸ ਚੱਲਦਾ ਹੋਏਗਾ ਨਾ, ਤੁਹਾਡੀਆਂ ਧੜਕਣਾਂ ਐਂ 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 ਚੱਲਦੀਆਂ ਹੋਣਗੀਆਂ, ਮੈਂ ਐਂ ਕਰ ਦੂੰਗਾ, ਤੁਹਾਨੂੰ ਬਹੁਤ ਸਵਾਦ ਆਊਗਾ। ਇੱਕ ਹੁੰਦਾ ਨਾ ਖੱਟਾ ਮਿੱਠਾ, ਠੀਕ ਹੈ ਨਾ, ਉਹ ਕੰਬੀਨੇਸ਼ਨ ਬਣੂਗਾ ਜਦੋਂ ਮੈਂ ਆਊਂਗਾ, ਤੁਹਾਨੂੰ ਹਾਸਾ ਜ਼ਰੂਰ ਆਊਗਾ ਔਰ ਸਵਾਦ ਪੂਰਾ ਆਊਗਾ। ਔਰ ਐਕਚੁਅਲ ਦੇ ਵਿੱਚ ਜਿਹਨੂੰ ਕਹਿੰਦੇ ਨਾ ਕਾਮੇਡੀ ਉਹ ਲਾਊਡ ਵਾਲੀ ਆ, ਉਹ ਚੀਜ਼ ਨਹੀਂ ਹੈਗੀ, ਨੈਚੁਰਲ ਹੋਊਗਾ, ਸਵਾਦ ਹੋਊਗਾ। ਔਰ ਮੈਂ ਜਨਰਲੀ ਇੱਕ ਹੁੰਦਾ ਨਾ ਇੰਟਰਵਿਊ 'ਚ ਕਹਿੰਦੇ ਆ ਬਹੁਤ ਵਧੀਆ ਯੇ ਹੈ ਵੋ ਹੈ ਇੱਦਾਂ ਉੱਦਾਂ, ਮੂਵੀ ਸੱਚੀ ਬਹੁਤ ਘੈਂਟ ਆ, ਨੋ ਡਾਊਟ, ਕੋਈ ਸੁਪਰ ਸਟਾਰ ਨਹੀਂ ਹੈਗੇ, ਸਟਾਰ ਨੇ ਨਵੀਂ ਭਾਅ ਜੀ ਇਹ ਹੈਗੇ ਨੇ, ਠੀਕ ਹੈ, ਪਰ ਜੈਨੂਅਨਲੀ ਮੈਂ ਕਹਿ ਰਿਹਾ ਇੱਕ ਹੁੰਦਾ ਨਾ ਬਹੁਤ ਵੱਡੇ ਨੋਨ ਫੇਸ ਨਾ ਹੋਣ, ਸਟਿਲ ਸਟੋਰੀ ਬਹੁਤ ਘੈਂਟ ਹੋਵੇ, ਪਰ ਮੈਂ ਜੈਨੂਅਨਲੀ ਕਹਿ ਰਿਹਾ ਸਟੋਰੀ ਬਹੁਤ ਘੈਂਟ ਆ, ਬਸ ਵੜ ਜਿਓ ਬਾਹਰ ਸਵਾਦ ਲੈ ਕੇ ਆਉਂਗੇ। ਹੈਲੋ ਨਮਸਤੇ, ਸਤਿ ਸ਼੍ਰੀ ਅਕਾਲ ਆਦਾਬ ਦੋਸਤੋ, ਮੈਂ ਤੁਹਾਡਾ ਦੋਸਤ ਹਰਦੀਪ ਦੁਆ, ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ। ਸੋ ਦੋਸਤੋ, ਹਰ ਫਰਾਈਡੇ ਤੁਹਾਡੇ ਵਾਸਤੇ ਬਹੁਤ ਹੀ ਵਧੀਆ ਮੂਵੀਜ਼ ਆਉਂਦੀਆਂ ਨੇ, ਭਾਵੇਂ ਉਹ ਹਿੰਦੀ ਹੋਵੇ ਭਾਵੇਂ ਉਹ ਪੰਜਾਬੀ ਹੋਵੇ, ਲੇਕਿਨ ਅਸੀਂ ਗੱਲ ਕਰਦੇ ਹਾਂ ਪੰਜਾਬੀ ਮੂਵੀ ਦੀ। ਸੋ ਅਪਕਮਿੰਗ ਪੰਜਾਬੀ ਮੂਵੀ ਜਿਹੜੀ ਆ ਰਹੀ ਸੀ ਜੇ ਤੇਰੇ ਨਾਲ ਪਿਆਰ ਨਾ ਹੁੰਦਾ, ਸੋ ਕੀ ਕੁਛ ਖਾਸ ਹੈ ਇਸ ਮੂਵੀ ਦੇ, ਸਾਡੇ ਨਾਲ ਗੱਲ ਕਰਨ ਲਈ ਮੌਜੂਦ ਹੈਗੇ ਨੇ ਪੂਰੀ ਮੂਵੀ ਦੇ ਸਟਾਰ ਕਾਸਟ। ਸੋ ਵੈਲਕਮ ਕਰਦੇ ਹਾਂ ਜੀ ਮੌਲੀਨਾ ਜੀ ਦਾ ਔਰ ਨਾਲ ਹੀ ਨਾਲ ਨਵੀ ਜੀ ਦਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮਚ। ਸੋ ਵੈਲਕਮ ਟੂ ਲੁਧਿਆਣਾ ਲਾਈਵ ਤੁਹਾਡੇ ਦੋਨਾਂ ਦਾ। ਸੋ ਬਹੁਤ ਖੂਬਸੂਰਤ ਨਾਮ ਰੱਖਿਆ ਜੇ ਤੇਰੇ ਨਾਲ ਪਿਆਰ ਨਾ ਹੁੰਦਾ। ਸੋ ਸਭ ਤੋਂ ਪਹਿਲਾਂ ਇਹ ਦੱਸੋ ਕਿ ਅੱਜ ਦੋਨਾਂ ਨੂੰ ਲੁਧਿਆਣੇ ਆ ਕੇ ਕਿੱਦਾਂ ਲੱਗ ਰਿਹਾ? ਲੁਧਿਆਣੇ ਆ ਕੇ ਇੰਨਾ ਵਧੀਆ ਲੱਗ ਰਿਹਾ, ਇੰਨਾ ਜ਼ਿਆਦਾ ਪਿਆਰ ਮਿਲ ਰਿਹਾ ਅਤੇ ਤੁਸੀਂ ਇੰਟਰਵਿਊ ਲੈ ਰਹੇ ਹੋ, ਹੋਰ ਵਧੀਆ ਲੱਗ ਰਿਹਾ। ਤੁਸੀਂ ਕਹੋ ਬਹੁਤ ਵਧੀਆ ਲੱਗ ਰਿਹਾ, ਲੋਕ ਬਹੁਤ ਵੈਲਕਮ ਹੀ ਹੈ, ਠੀਕ ਹੈ, ਅਤੇ ਬਾਹਰ ਟ੍ਰੈਫਿਕ 'ਚੋਂ ਆਏ ਆ, ਟ੍ਰੈਫਿਕ 'ਚੋਂ ਵੀ ਸਵਾਦ ਆ ਰਿਹਾ ਸੀ। ਟ੍ਰੈਫਿਕ ਤਾਂ ਵੈਸੇ ਸਾਡੇ ਲੁਧਿਆਣੇ ਦੀ ਮਸ਼ਹੂਰ ਹੈ। ਸੋ ਮੁਲੀਨੇ, ਮੈਂ ਸਭ ਤੋਂ ਪਹਿਲਾਂ ਤੁਹਾਡੀ ਗੱਲ ਕਰਦਾ, ਬੈਕ ਟੂ ਬੈਕ 5 ਮਿੰਟਸ ਆਪਾਂ ਗੱਲ ਕਰਾਂਗੇ। ਸਭ ਤੋਂ ਪਹਿਲਾਂ ਦੱਸੋ ਕਿ ਤੁਹਾਡਾ ਜਨਮ ਕਿੱਥੇ ਹੋਇਆ? ਦਿੱਲੀ। ਅਤੇ ਉਸ ਤੋਂ ਬਾਅਦ ਸਕੂਲ ਕਾਲਜ ਕਿੱਥੇ ਕੀਤਾ? ਮੈਂ ਜਸਟ 12th ਪਾਸ ਆਊਟ ਆ, ਗ੍ਰੈਜੂਏਸ਼ਨ ਮੈਂ ਨਹੀਂ ਕੀਤੀ, ਉਹ ਵੀ ਦਿੱਲੀ ਹੋਇਆ। ਅਤੇ ਜਦੋਂ ਤੁਸੀਂ ਸਕੂਲ 'ਚ ਹੁੰਦੇ ਹਾਂ ਆਪਾਂ ਬਹੁਤ ਸਾਰੇ ਫੈਸਟੀਵਲਸ ਹੁੰਦੇ, ਕਿਉਂਕਿ ਆਪਾਂ ਹਿੰਦੁਸਤਾਨ 'ਚ ਰਹਿੰਦੇ ਹਾਂ, ਪਹਿਲੀ ਲਾਈਨ ਸਾਰੇ ਐਸਿਆਂ ਦੀ ਸੇਮ ਹੀ ਹੁੰਦੀ ਸੀਗੀ ਕਿ ਭਾਰਤ ਤਿਉਹਾਰਾਂ ਦਾ ਦੇਸ਼ ਹੈ, ਹੈ ਨਾ, ਉਹ ਹਰ ਜਗ੍ਹਾ ਲੱਗ ਜਾਂਦਾ ਹੁੰਦਾ ਸੀ, ਹਰ ਮਹੀਨੇ ਤਿਉਹਾਰ ਆਉਂਦਾ ਸੀ। ਸੋ ਕਿਹੜੇ ਕਿਹੜੇ ਫੈਸਟੀਵਲਸ ਨੇ ਜਿਹੜੇ ਤੁਸੀਂ ਸੈਲੀਬ੍ਰੇਟ ਕਰਦੇ ਸਕੂਲ 'ਚ? ਦੀਵਾਲੀ, ਹੋਲੀ ਦਾ ਮੇਰਾ ਫੇਵਰੇਟ ਫੈਸਟੀਵਲ ਸੀ, ਹੁਣ ਵੀ ਮੇਰਾ ਫੇਵਰੇਟ ਆ, ਮੈਂ ਬਹੁਤ ਇੰਜੋਏ ਕਰਦੀ ਹਾਂ। ਫੈਮਿਲੀ 'ਚ ਕੌਣ ਕੌਣ ਹੈ? ਫੈਮਿਲੀ 'ਚ ਮੇਰੇ ਮੰਮਾ ਨੇ ਅਤੇ ਮੇਰੇ ਸਿਸਟਰ ਨੇ। ਹਾਂਜੀ। ਅਤੇ ਇਸ ਲਾਈਨ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਆਏ? ਇਸ ਲਾਈਨ ਦੇ ਵਿੱਚ ਮੈਂ ਪਹਿਲਾਂ ਮੈਂ ਪ੍ਰਿੰਟ ਸ਼ੂਟਸ ਕਰਦੀ ਸੀ, ਮੈਂ ਬਹੁਤ ਸਾਰੇ ਬ੍ਰਾਂਡਸ ਲਈ ਪ੍ਰਿੰਟ ਸ਼ੂਟਸ ਕੀਤੇ ਨੇ ਅਤੇ ਇੱਕ ਕੋਆਰਡੀਨੇਟਰ ਦੇ ਥਰੂ ਮੈਂ ਪੰਜਾਬੀ ਇੰਡਸਟਰੀ ਸੌਂਗਸ ਮੈਂ ਕਰਨਾ ਸਟਾਰਟ ਕੀਤਾ ਸੀ। ਵੈਸੇ ਤੁਹਾਡੀ ਮਾਂ ਬੋਲੀ ਭਾਸ਼ਾ ਕਿਹੜੀ? ਹਿੰਦੀ। ਮੈਂ ਦਿੱਲੀ ਰਹਿੰਦੀ ਸੀ, ਬੋਰਨ ਐਂਡ ਬ੍ਰੋਟ ਅਪ ਉੱਥੇ ਹੀ ਆ, ਬਟ ਪੰਜਾਬੀ ਸੋਢੀ ਹਾਂ ਅਤੇ ਪੰਜਾਬੀ ਹਾਂ, ਸਰਦਾਰ ਫੈਮਿਲੀ ਆ ਅਤੇ ਪੰਜਾਬੀ ਨਾ ਬੋਲਣਾ ਇਹ ਤਾਂ ਹੋ ਹੀ ਨਹੀਂ ਸਕਦਾ। ਔਰ ਫਿਊਚਰ ਫਿਰ ਜਦੋਂ ਅੱਗੇ, ਕਿਉਂਕਿ ਹੁਣ ਪਿਛਲੇ 2 ਸਾਲ ਦੀ ਗੱਲ ਕਰੀਏ ਤਾਂ ਹਰ ਪਾਸੇ ਕੋਵਿਡ ਦੀ ਮਹਾਂਮਾਰੀ ਬਹੁਤ ਜ਼ਿਆਦਾ ਫੈਲੀ ਹੋਈ ਸੀ ਨਾ, ਉਹਨਾਂ ਦਿਨਾਂ 'ਚ ਤੁਸੀਂ ਕੀ? ਉਹਨਾਂ ਦਿਨਾਂ 'ਚ ਮੈਂ ਟਿਕਟੋਕ ਚਲਾਈ, ਨਾ ਮੈਂ ਰੀਲਸ ਇੰਨਾ ਬਣਾਉਂਦੀ ਹਾਂ, ਬਾਕੀ ਸਭ ਕੀਤਾ ਇਹ ਨਹੀਂ ਕੀਤਾ। ਹਾਂ, ਉਹਨਾਂ ਦਿਨਾਂ ਬਾਕੀ ਸਭ ਦੇ ਕੀ ਆ ਰਿਹਾ ਸੀ ਐਕਟੀਵਿਟੀ? ਮੈਂ ਫੈਮਿਲੀ ਨਾਲ ਬਹੁਤ ਜ਼ਿਆਦਾ ਟਾਈਮ ਸਪੈਂਡ ਕੀਤਾ, ਮਤਲਬ ਮੈਨੂੰ ਲੱਗਦਾ ਜਿਹੜਾ ਕੋਵਿਡ ਪੀਰੀਅਡ ਸੀ ਨਾ ਬਹੁਤ ਜ਼ਿਆਦਾ ਬਹੁਤ ਇਰੀਟੇਟਿੰਗ ਸੀ, ਬਟ ਮੈਨੂੰ ਲੱਗਦਾ ਕੋਵਿਡ ਤੋਂ ਬਾਅਦ ਤਾਂ ਪਰਿਵਾਰ ਇੱਦਾਂ ਹੋ ਗਏ, ਜੁੜ ਗਏ ਸਾਰੇ। ਹਾਂ, ਬਹੁਤ ਪਿਆਰ ਬਣ ਗਿਆ ਉਹਨਾਂ ਦੇ ਵਿੱਚ। ਹਾਂ, ਇੰਡਸਟਰੀ ਵਿੱਚ ਜਦੋਂ ਤੁਸੀਂ ਪੰਜਾਬੀ ਇੰਡਸਟਰੀ 'ਚ ਆਏ, ਹੁਣ ਤੱਕ ਤੁਹਾਨੂੰ ਪੰਜਾਬੀ ਇੰਡਸਟਰੀ ਨੇ ਕੀ ਦਿੱਤਾ, ਹੁਣ ਤੱਕ ਤੁਸੀਂ ਕੀ ਕਰ ਚੁੱਕੇ? ਮੈਨੂੰ ਬਹੁਤ ਪਿਆਰ ਮਿਲਿਆ, ਮਤਲਬ ਮੈਂ ਸੀਰੀਅਸਲੀ ਕਹਿ ਰਹੀ ਹਾਂ, ਮਤਲਬ ਲੋਕ ਕਹਿੰਦੇ ਨੇ ਮੈਂ ਇਹ ਸਟਰਗਲ ਕੀਤਾ, ਮੈਂ ਉਹ ਸਟਰਗਲ ਕੀਤਾ, ਮੈਂ ਸਟਰਗਲ ਨਹੀਂ ਕੀਤਾ, ਹੈ ਨਾ, ਮੈਂ ਸੌਂਗਸ ਕੀਤੇ ਨੇ, 100+ ਮਿਊਜ਼ਿਕ ਵੀਡੀਓਜ਼ ਕੀਤੀਆਂ ਨੇ ਅਤੇ ਹੁਣ ਮੈਂ ਪੈਰ ਰੱਖਿਆ ਫਿਲਮ ਲਾਈਨ 'ਚ, ਅਤੇ ਜਿਹੜਾ ਮੇਰਾ ਜਿਹੜਾ ਡੈਬਿਊ ਸੀ ਉਹ ਸੀ ਰਵਿੰਦਰ ਗਰੇਵਾਲ ਜੀ ਦੇ ਨਾਲ, ਹੈ ਨਾ, ਅਤੇ ਬਹੁਤ ਹੀ ਵਧੀਆ ਐਕਟਰ ਨੇ, ਅਤੇ ਹੁਣ ਜਿਹੜੀ ਮੇਰੀ ਸੈਕਿੰਡ ਮੂਵੀ ਆ, ਜੇ ਮੈਂ ਕਹਾਂ ਮੇਰੀ ਐਕਟਿੰਗ ਸੱਚੀ ਕਿਸੇ ਮੂਵੀ 'ਚ ਦੇਖਣ ਨੂੰ ਮਿਲੂਗੀ ਉਹ ਸਾਡੀ ਇਹ ਵਾਲੀ ਮੂਵੀ ਆ ਜੇ ਤੇਰੇ ਨਾਲ ਪਿਆਰ ਨਾ ਹੁੰਦਾ, ਜੇ 16th December ਨੂੰ ਰਿਲੀਜ਼ ਹੋ ਰਹੀ ਆ, ਇਹਦੇ 'ਚ ਤੁਹਾਨੂੰ ਅਸਲੀ ਮੌਲੀਨਾ ਦੇਖਣ ਨੂੰ ਮਿਲੂਗੀ ਕਿ ਕੀ ਕਰ ਸਕਦੀ ਹੈ ਮੌਲੀਨਾ।
और थोड़े लाइफ के कुछ कहते जिंदगी बहुत सारे पल इदा होंगे जो सू लगता कि रात ना हो दिन इदा ही चलता रहे शाम हो कड़िया ही सूइया रुक जा सो तो लाइफ के किड़े वो सुनहरे पल ने जोड़े कि तुम अज तक याद रेंगे ने सुनहरे पल मैं सच्ची कहनी हाँ मेरी मम्मी नाल ही आ ते जदों मैं हुण मैं मम्मा तो दूर हाँ मैं मम्मा दिल्ली ने मैं पंजाब हाँ ते मेरा जिहड़ा माइंड आ मेरा जिहड़ा दिल आ दिमाग सारा उत्थे ही रहिंदा है उही मेरे सुनहरे पल ने मैं जदों उहनां दे नाल कॉल ते भी गल करदी हाँ उहनां नाल टाइम स्पेंड करदी हाँ उही मेरे लई सब तो वधिया चीज़ हुंदी आ मैनूं होर कुछ नहीं वधिया लगदा बाकी काम तो है ही मेरे वर्क इज़ वर्शिप ते मैनूं लगदा है कि मेरा काम ते मेरी मम्मा दोनों मेरे लिए बहुत इंपोर्टेंट ने पंजाबियों के विआह बहुत सोहने सोहने होंगे ने है ना का तीन तीन चार चार दिन चलते रहते हैं तो वो विआह तुसीं किन्ना इंजॉय करते हो सब तो बेस्ट मूवमेंट्स तुहानूं कीड़ी लगदी है पूरे रस्मां च मैं बहुत ज़्यादा सच्ची पंजाबी वैडिंग्स था हाँ जागो मैनूं बहुत वधिया लगती है जागो मैनूं सब तो मैं इन्ना इंजॉय करती हाँ ना दिल्ली सारी वैडिंग्स रात में होंदिया ने है ना तो इत्थे मतलब इन चार चार पाँच पाँच दिन जागो होंदी है फिर विआह होंदा है ना रिसेप्शन होंदी है बहुत बहुत वधिया लगता मतलब बहुत इंजॉय करती हाँ कल्चर इन्ना वधिया साढ़े पंजाब का इंजॉय करना तो बनता है अच्छा म्यूजिक ना तुहानूं किन्ना प्यार है म्यूजिक नाल मैनूं बहुत ज़्यादा प्यार है पर तुसीं हुण ए ना कहो कि तुसीं कुछ गा के सुना दो कहण वाला बहुत ज़्यादा प्यार आ मैं मतलब म्यूजिक सुन के ना जिहड़ी गूज़बम्स आते हैं ना मैं मतलब मैं सारा दिन म्यूजिक जे मैं बहुत लो फील कर रही हूँ ना मैं सारा दिन म्यूजिक सुन सकती हूँ तो मैं बहुत बूस्टअप हो जाती हूँ म्यूजिक सुन के तुहाड़ा फेवरेट सॉन्ग कौन सा है फेवरेट सॉन्ग मेरा हैगा या मेरे बहुत सारे फेवरेट सॉन्ग फिलहाल तो मैनूं सतिंदर सरताज जी उन्होंने सॉन्ग्स मैनूं बहुत बहुत वधिया लगते ने और हुन मेरा जिहड़ा फेवरेट सॉन्ग है वह हैगा या केड़ा सॉन्ग है मेरा फेवरेट बहुत सारे ने मेरे माइंड चे सारे सॉन्ग चल रहे ने नहीं मैं नहीं सुनिया कार्तिक आर्यन की मूवी का सॉन्ग है अरिजीत सिंह का बहुत कैंट सॉन्ग सुनियो मेरा फेवरेट है मेरा फेवरेट सॉन्ग है रब्बा इन्ने सारे सॉन्ग्स ने केड़ा बोले सारे मेरे फेवरेट कोई बचपन का गाना बचपन का गाना सुना दो देखे तुसी आ गए ना कि सुना दो सुना देनी हूँ यार प्लीज जज ना करियो हिंदी सुनाओ कि पंजाबी पंजाबी सुनानी हूँ पर वधिया नहीं गाँदी माफ़ करियो प्लीज इन्ना अखियाँ च पावा किवें कजलावे अखियाँ च तू वसदा इन्ना अखियाँ च पावा किवें कजलावे अखियाँ च तू वसदा बस 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 नहीं गाना बोल हर वाले चन्ना मेरा तेरे वाले मूवे चन्ना मेरा तेरे वाले मूवे हर वेले चन्ना मेरा तेरे वाले मूवे अखियाँ च ना तेरा बुलिया च तूए बुलिया च तूए जदों हसदी भुलेखा मैनू पैंदावे हसया च तू हसदा बस गा लिया ना गाना गवा लिया मैं गाँधी नहीं मैंने सारे यही कहते मैं जो किसी इंटरव्यू करना चाहवा यही कहते असं कभी इंटरव्यू देते नहीं बोल नहीं पाना मैं कोई गल नहीं जो थोड़ी मजबूर करता गाने लई मैं गाना मेरे तो ना सुनो मैं सची कह रहा मैं गाना बहुत वधिया कोई गाना तुसी गाओ मैं थोड़े नाल गा सकता मैं आपे नहीं गा सकता केड़ा गाओगे पहले आ दसो देखो मेरे सुट रहे हो सारा तुहानू गाने लई क्या आ चुका है तो हुण तुसी एदां नहीं करीदा हुंदा चलो मैनूं आ दसो कुड़ियां वाले गाने कोई दस दो हिंदी गाने के पंजाबी गाने मेरे हाथ में तेरा हाथ हो सारी जन्नते मेरे पास हो तेरे प्यार में आंदा ही नहीं इन्हों आंदा ही नहीं बस बस बस
ਤੁਹਾਡੀ ਟੀਮ ਵੀ ਇਦਾਂ ਦੀ ਹੈ ਤੁਹਾਡੇ ਤੋਂ ਦੋ ਗਾਣੇ ਬੁਲਵਾ ਲਏ ਹਾਂ ਮੇਰੇ ਤੇ ਸਾਰਾ ਸੁੱਟਦਾ ਹੈ ਚਲੋ ਅਗਲੀ ਵਾਰ ਮੇਰਾ ਜਦੋਂ ਸੌਂਗ ਆਊਗਾ ਨਾ ਉਦੋਂ ਆਪਾਂ ਮਿਲਾਂਗੇ ਉਦੋਂ ਇੰਟਰਵਿਊ ਕਰਿਓ ਚਲੋ ਠੀਕ ਹੈ ਭਾਜੀ ਹੁਣ ਵਾਪਸ ਮੂਵੀ ਤੇ ਥੋੜੀ ਦਾ ਤੁਹਾਡੇ ਤੋਂ ਸ਼ੁਰੂ ਕਰਦੇ ਆਪਾਂ ਸਭ ਤੋਂ ਪਹਿਲਾਂ ਦੱਸੋ ਕਿ ਤੁਹਾਡਾ ਜਨਮ ਕਿੱਥੇ ਹੋਇਆ ਸਕੂਲਿੰਗ ਕਿੱਥੇ ਕਿੱਥੇ ਕਾਲਜ ਕਿੱਥੇ ਕੀਤਾ ਮੇਰਾ ਜਨਮ ਹੋਇਆ ਸਾਡਾ ਬਹੁਤ ਪਿਆਰਾ ਸ਼ਹਿਰ ਜਲੰਧਰ ਅਤੇ ਸਕੂਲਿੰਗ ਮੇਰੀ ਹੋਈ ਹੈ ਕੇਵੀ ਤੋਂ ਕੇਵੀ 3 ਕੈਂਟ ਸਾਡਾ ਜਲੰਧਰ ਦਾ ਅਤੇ ਉਸ ਤੋਂ ਬਾਅਦ ਮੈਂ ਕਾਲਜ ਕੀਤਾ ਮਿਰਚੰਦ ਫਿਰ ਮੈਂ ਐਡਮਿਸ਼ਨ ਲਈ ਸੀ ਡਿਗਰੀ ਦੇ ਵਿੱਚ ਆਪਣਾ ਡੇਵੀਡ ਦੇ ਵਿੱਚ ਪਰ ਮੈਂ ਕੰਟੀਨਿਊ ਨਹੀਂ ਕੀਤਾ ਬਿਕੋਜ਼ ਮੈਂ ਉਸ ਤੋਂ ਬਾਅਦ ਮਿਸਟਰ ਮਜਾਬ ਕੀਤਾ ਫਿਰ ਰੂਡੀਜ਼ 'ਚ ਚਲਾ ਗਿਆ ਫਿਰ ਟੀ ਵੀ ਸ਼ੋਜ਼ ਕਰਨ ਲੱਗ ਪਿਆ ਬੜੋ ਬਹੂ ਨਜ਼ਰ ਸਟਾਰ ਪਲੱਸ ਦਾ ਫਿਰ ਮੈਂ ਆਇਆ ਖਸਮਾਨ ਖਾਨੀ ਜਿਹੜਾ ਅਸੀਂ ਪੰਜਾਬੀ ਦਾ ਚੱਲਦਾ ਸੀਗਾ ਉਹ ਕਰ ਰਿਹਾ ਸੀ ਹੁਣ ਚੱਲ ਰਿਹਾ ਦਿਲਦਾਰੀਆਂ ਮਤਲਬ ਪੜ੍ਹਨ ਦਾ ਟਾਈਮ ਹੀ ਨਹੀਂ ਮਿਲਿਆ ਨਾ ਕੀ ਕਰਨਾ ਸੀ ਪੜ੍ਹ ਕੇ ਬਹੁਤ ਔਖਾ ਹੁੰਦਾ ਕੰਮ ਪੜ੍ਹ ਕੇ ਵੀ ਇਹੀ ਕੰਮ ਕਰਨਾ ਸੀ ਉਹ ਸਵਾਦ ਉਦੋਂ ਸਵਾਦ ਨਹੀਂ ਆ ਰਿਹਾ ਹੁਣ ਸਵਾਦ ਆ ਰਿਹਾ ਠੀਕ ਹੈ ਪਹਿਲੇ ਕਹਿੰਦੇ ਨਾ ਬੱਚਿਆਂ ਨੂੰ ਕਿੱਦਾਂ ਕਿ ਪੜ੍ਹ ਲਓ ਕਿਸੇ ਨੇ ਕੁੜੀ ਨਹੀਂ ਦੇਣੀ ਹੁਣ ਮੈਂ ਕਹਿੰਦਾ ਦੇ ਦੂਗੇ ਕੋਈ ਗੱਲ ਨਹੀਂ ਹੁਣ ਦੇ ਦੂਗੇ ਅੱਛਾ ਰੋਡੀ ਸਿੰਘ ਦਾ ਨਾਮ ਨਾ ਹਿੰਦੁਸਤਾਨ 'ਚ ਇੱਦਾਂ ਦਾ ਹੈ ਕਿ ਯੂਥ ਨਾ ਸਾਡਾ ਭੱਜ ਭੱਜ ਕੇ ਜਾਂਦਾ ਮਤਲਬ ਬਹੁਤ ਲੰਬੀ ਲਾਈਨਸ ਲੱਗੀ ਹੁੰਦੀ ਮਤਲਬ ਹਰ ਇੱਕ ਦਾ ਪੈਸ਼ਨ ਹੁੰਦਾ ਕਿ ਉਹਨੂੰ ਲੱਗਦਾ ਕਿ ਯਾਰ ਸਾਨੂੰ ਵੀ ਪਾਰਟ ਹੋਣਾ ਚਾਹੀਦਾ ਰੋਡੀਜ਼ ਦਾ ਹੈ ਨਾ ਉਹਨੇ ਇੱਕ ਇਹੋ ਜਿਹਾ ਮਤਲਬ ਲੈਵਲ ਗਰੁੱਪ ਬਣਾ ਲਿਆ ਰੋਡੀਜ਼ ਸ਼ੋਅ ਨੇ ਕਿ ਹਰ ਪਰਸਨ ਹਰ ਯੂਥ ਚਾਹੁੰਦਾ ਕਿ ਮੈਂ ਉੱਥੇ ਜਾ ਭਾਵੇਂ ਮੁੰਡਾ ਹੋਵੇ ਭਾਵੇਂ ਕੁੜੀ ਹੋਵੇ ਭਾਵੇਂ ਇੰਟਰਵਿਊ ਜਿੱਦਾਂ ਮਰਜ਼ੀ ਹੋਵੇ ਕਿਉਂਕਿ ਉਹਦੇ ਵਾਸਤੇ ਪਹਿਲਾਂ ਫੋਰਮ ਵੀ ਭਰਨਾ ਪੈਂਦਾ ਫਿਰ ਤੁਹਾਨੂੰ ਜੱਜਿਸ ਕੋਲ ਬੁਲਾਇਆ ਜਾਂਦਾ ਤੁਹਾਨੂੰ ਕੀ ਪਸੰਦ ਹੈ ਕੀ ਨਹੀਂ ਪਸੰਦ ਹੈ ਸਾਰਾ ਕੁਝ ਹੁੰਦਾ ਲਿਖਿਆ ਹੁੰਦਾ ਤੁਹਾਡੇ ਬਾਰੇ ਹੁਣ ਤਾਂ ਤੁਸੀਂ ਕੀ ਗਲਤੀਆਂ ਕਰ ਚੁੱਕੇ ਹੋ ਕੀ ਸੁਧਾਰਨਾ ਚਾਹੁੰਦੇ ਹੋ ਕੀ ਬਣਨਾ ਚਾਹੁੰਦੇ ਕਿਉਂ ਆਉਣਾ ਚਾਹੁੰਦੇ ਹੋ ਹਰ ਚੀਜ਼ ਉਸ ਫੋਰਮ 'ਤੇ ਲਿਖੀ ਹੁੰਦੀ ਹੈ ਸੋ ਫਾਈਨਲੀ ਜਦੋਂ ਤੁਸੀਂ ਉੱਥੇ ਗਏ ਕਿੱਦਾਂ ਲੱਗਿਆ ਤੁਹਾਨੂੰ ਸਭ ਤੋਂ ਜ਼ਿਆਦਾ ਸਵਾਦ ਨਾ ਅੱਜ ਤੱਕ ਰੋਡੀਜ਼ 'ਚ ਆਇਆ ਸੀ ਬਿਕੋਜ਼ ਮੈਂ ਉਦੋਂ ਸੀਗਾ 19-20 ਸਾਲ ਦਾ ਪਹਿਲੇ ਮਿਸਟਰ ਪੰਜਾਬ ਕੀਤਾ ਟੀ ਵੀ 'ਤੇ ਚੱਲਦਾ ਪਿਆ ਸੀ ਨਾਲ ਹੀ ਰੋਡੀਜ਼ ਦੇ ਵਿੱਚ ਸਿਲੈਕਟ ਹੋ ਗਿਆ ਅਤੇ ਉਹ ਤਾਂ ਇਹੋ ਜਿਹਾ ਪਾਗਲਪਨ ਸੀਗਾ ਕਿ ਮੈਂ ਮਿਸਟਰ ਪੰਜਾਬ ਦੇ ਵਿੱਚ ਫਿਨਾਲੇ ਦੇ ਵਿੱਚ ਨਹੀਂ ਗਿਆ ਸੀ ਨਾ ਅਤੇ ਪਹਿਲਾਂ ਮੈਂ ਰੋਣ ਲੱਗ ਪਿਆ ਸੀ ਉਸ ਤੋਂ ਅਤੇ ਫਿਰ ਪਾਪਾ ਨੂੰ ਫੋਨ ਕੀਤਾ ਮੈਂ ਕਿਹਾ ਪਾਪਾ ਮੈਂ ਬਾਹਰ ਹੋ ਗਿਆ 19 ਸਾਲ ਦਾ ਸੀ ਮੈਂ ਕਿਹਾ ਪਾਪਾ ਮੈਂ ਬਾਹਰ ਹੋ ਗਿਆ ਕਹਿੰਦੇ ਕੋਈ ਗੱਲ ਨਹੀਂ ਰੋਡੀਜ਼ ਨਹੀਂ ਆਉਣਾ ਮੈਂ ਕਿਹਾ ਜਾਣਾ ਜਿੱਤ ਕੇ ਆਏਗਾ ਮੈਂ ਕਿਹਾ ਜਿੱਤ ਕੇ ਆਊਂਗਾ ਮੈਂ ਪੂਰਾ ਸ਼ੋਅ ਲਗਾਤਾਰ ਸਾਰੇ ਸ਼ੋਅ 'ਚ ਸੀਗਾ ਲਾਸਟ ਵਿੱਚ 2 ਸੈਕਿੰਡ ਤੋਂ ਮੈਂ ਸੈਕਿੰਡ ਆਇਆ ਸੀ ਬਿਕੋਜ਼ ਮੇਰਾ ਕੈਰਾਬਿਨ ਅਟਕ ਗਿਆ ਸੀ ਪਰ ਉਸ ਸ਼ੋਅ ਤੋਂ ਬੈਸਟ ਅੱਜ ਤੱਕ ਮੇਰੇ ਲਈ ਹਲੇ ਕੁਛ ਨਹੀਂ ਹੋਇਆ ਮਤਲਬ ਰਿਐਲਿਟੀ ਸ਼ੋਅ ਦੀ ਗੱਲ ਕਰ ਰਿਹਾ ਬਿਕੋਜ਼ ਉਸ ਸ਼ੋਅ ਨੇ ਨਾ ਮੈਨੂੰ ਇੱਕ ਬਹੁਤ ਵੱਡਾ ਸਟੈਪ ਦਿੱਤਾ ਬਹੁਤ ਵਧੀਆ ਫੇਮ ਦਿੱਤਾ ਸੀਗਾ ਅਤੇ ਇੱਕ ਆਮ ਬੱਚੇ ਨੂੰ ਇੱਕ ਖਾਸ ਦੇ ਵਿੱਚ ਲਿਆਤਾ ਸੀਗਾ ਅਤੇ ਥੈਂਕਸ ਟੂ ਰੋਡੀਜ਼ ਟੀਮ ਜਿਨ੍ਹਾਂ ਨੇ ਇਹ ਸ਼ੋਅ ਬਣਾਇਆ ਔਰ ਇਹ ਸਭ ਤੋਂ ਪਹਿਲਾ ਰਿਐਲਿਟੀ ਸ਼ੋਅ ਹੈ ਔਰ ਮੇਰੇ ਲਈ ਬਹੁਤ ਵੱਡੀ ਚੀਜ਼ ਸੀਗੀ ਅੱਛਾ ਤੁਸੀਂ ਪਾਪਾ ਦਾ ਨਾਮ ਲਿੱਤਾ ਹੈਗਾ ਫੈਮਿਲੀ 'ਚ ਕੌਣ ਕੌਣ ਹੈ ਤੁਹਾਡੇ ਪਾਪਾ ਮੰਮਾ ਅਤੇ ਵੱਡੀ ਦੀਦੀ ਅਤੇ ਉਸ ਤੋਂ ਬਾਅਦ ਜਦੋਂ ਤੁਸੀਂ ਸਟੱਡੀ ਕੰਪਲੀਟ ਕਰ ਲਈ ਕੋਵਿਡ ਦਾ ਜਿਵੇਂ ਨਾ ਸਮਾਂ ਨੇ ਦੱਸਿਆ ਕਿ ਮੈਂ ਕੁਝ ਦੋ ਸੋਸ਼ਲ ਮੀਡੀਆ ਦੂਰ ਰਹਿ ਕੇ ਬਾਕੀ ਸਭ ਕੁਝ ਕੀਤਾ ਸੋ ਤੁਸੀਂ ਕੋਵਿਡ ਦੇ ਦਿਨਾਂ 'ਚ ਕੀ ਕਰ ਰਹੇ ਸੀ ਜਦ ਕੋਵਿਡ ਸਟਾਰਟ ਹੋਇਆ ਸੀ ਨਾ ਹਾਲੇ ਲੋਕਡਾਊਨ ਵਗੈਰਾ ਚਾਲੂ ਨਹੀਂ ਹੋਏ ਸੀਗੇ ਉਦੋਂ ਮੈਂ ਮੁੰਬਈ ਤੋਂ ਇੱਥੇ ਆਇਆ ਸੀ ਮਤਲਬ ਮੇਰਾ ਪਹਿਲਾ ਪੰਜਾਬੀ ਕੰਮ ਸੀ ਖਸਮਾਨ ਖਾਣੀ ਖਸਮਾਨ ਖਾਣੀ ਮੈਂ ਲੀਡ 'ਚ ਕੀਤਾ 1.5 ਸਾਲ ਅਤੇ ਸ਼ੋਅ ਸਾਡਾ ਲਗਾਤਾਰ ਨੰਬਰ ਬਣ ਰਿਹਾ ਅਤੇ ਉਸ ਤੋਂ ਬਾਅਦ ਮੈਂ 3 ਫਿਲਮਸ ਕੀਤੀਆਂ ਇੱਕ ਆ ਵੀ ਜਿਹੜੀ ਵਿੱਚ ਹੈ ਠੀਕ ਹੈ 2 ਮੈਂ ਲੀਡ 'ਚ ਕੀਤੀਆਂ ਅਤੇ ਉਹ ਫਿਲਮਸ ਉਹ ਵੀ ਆਉਣੀਆਂ ਇੱਕ ਜੱਸੀ ਭਾਈ ਨੇ ਕੀਤੀ ਜਸਗਿੱਲ ਨਾਲ ਅਤੇ ਹੁਣ ਸਾਡਾ ਸ਼ੋਅ ਚੱਲ ਰਿਹਾ ਦਿਲਦਾਰੀਆਂ ਅਤੇ ਕੋਵਿਡ ਦੇ ਟਾਈਮ 'ਤੇ ਜਦੋਂ ਆਪਾਂ ਆਏ ਸੀ ਨਾ ਖਸਮਾਂ ਨੂੰ ਖਾਣੀ ਕੀਤਾ ਸੀ ਮਤਲਬ ਸਾਰੇ ਇੱਦਾਂ ਸੀ ਕਿ ਕੰਮ ਨਹੀਂ ਹੈ ਸਾਡਾ ਸ਼ੋਅ ਨਵਾਂ ਹੀ ਚਾਲੂ ਹੋਇਆ ਸੀ ਅਤੇ ਬਹੁਤ ਸਾਰਾ ਸ਼ੂਟ ਕਰ ਚੁੱਕੇ ਸੀ ਐਪੀਸੋਡ ਬੈਂਕ ਸੀਗਾ ਰਿਪੀਟ ਵੀ ਚੱਲਦਾ ਸੀਗਾ ਅਤੇ ਟੀ ਵੀ 'ਤੇ ਐਂ ਦੇਖੀਦਾ ਸੀ ਕਿ ਹਾਂ ਸਵਾਦ ਆ ਰਿਹਾ ਸ਼ੋਅ ਨੰਬਰ 1 ਚੱਲ ਰਿਹਾ ਸੀਗਾ ਔਰ ਲੋਕਡਾਊਨ ਦੇ ਵਿੱਚ ਆਪਾਂ ਵੀਡੀਓਜ਼ ਬਣਾਉਂਦੇ ਸੀਗੇ ਚੈਨਲ ਦੀਆਂ ਇਹ ਉਹ ਅਤੇ ਉਹ ਮਜ਼ੇ ਸੀਗੇ ਮਤਲਬ ਘਰਦਿਆਂ ਨੇ ਟਾਈਮ ਸਪੈਂਡ ਕੀਤਾ ਬਹੁਤ ਪੋਜ਼ਿਟਿਵ ਜਿਹਾ ਟਾਈਮ ਸੀਗਾ ਸਾਡੇ ਵਾਸਤੇ ਨੈਗੇਟਿਵ ਨਹੀਂ ਸੀਗਾ ਕੁਛ ਹੈ ਅਤੇ ਸਾਰਿਆਂ ਵਾਸਤੇ ਹੈ ਸਹੀ ਹੈ ਤਾਂ ਵੀ ਸਾਰਿਆਂ ਵਾਸਤੇ ਹੈ ਅਤੇ ਫਿਰ ਉਹਨੂੰ ਖਰਾਬ ਮੰਨਣਾ ਕਿਉਂ ਆ ਔਰ ਗੱਲ ਕਰੀਏ 2022 ਦੀ ਬਹੁਤ ਸੋਹਣਾ ਰਿਹਾ ਜ਼ਿਆਦਾਤਰ ਜਿਸ ਤਰ੍ਹਾਂ ਪਹਿਲਾਂ ਲੋਕ ਕਹਿੰਦੇ ਸੀ ਕਿ 2 ਸਾਲ ਤੱਕ ਕੈਲੰਡਰ 'ਚੋਂ ਕੱਢ ਹੀ ਤੋਂ ਗਿਣੋ ਹੀ ਨਾ ਕਿਉਂਕਿ ਘਰੇ ਰਹਿ ਗਏ ਕੁਛ ਅਚੀਵ ਨਹੀਂ ਹੋਇਆ ਉਮਰਾਂ ਵਧੀਆ ਨੇ ਕੁਛ ਹੋਇਆ ਨਹੀਂ ਬਟ ਲੋਕ ਕਈਆਂ ਦਾ ਇਹ ਕਹਿੰਦਾ ਕਿ ਜਿਹੜਾ 2022 ਹੈ ਇਹ ਰੁਕਿਆ ਨਹੀਂ ਇਹ ਪਤਾ ਨਹੀਂ ਲੱਗਿਆ ਕਦੋਂ ਅਸੀਂ ਲੋਹੜੀ ਸੈਲੀਬ੍ਰੇਟ ਕੀਤੀ ਸੀ ਉਹ ਕਦੋਂ ਦਸੰਬਰ ਆ ਕੇ ਖੜਾ ਹੋ ਗਿਆ ਮਤਲਬ ਨਹੀਂ ਫਾਸਟ ਗਿਆ ਹਰ ਕੋਈ ਨੇ ਹਰ ਇੱਕ ਨੇ ਇਹ ਸਾਲ ਬਹੁਤ ਜ਼ਿਆਦਾ ਇੰਜੋਏ ਕੀਤਾ ਤੁਸੀਂ ਕਹਿਣਾ ਚਾਹੋਗੇ 2022 ਬਾਰੇ ਪਹਿਲੀ ਗੱਲ ਤਾਂ ਮੈਂ ਕਹੂੰਗਾ ਕੁਛ ਰੁਕਿਆ ਨਹੀਂ ਸਗੋਂ ਜ਼ਿਆਦਾ ਵਧੀਆ ਹੋ ਗਿਆ ਬਿਕੋਜ਼ ਤੁਸੀਂ ਘਰਦਿਆਂ ਟਾਈਮ ਸਪੈਂਡ ਕੀਤਾ ਨੋ ਡਾਊਟ ਹਰ ਚੀਜ਼ ਨੈਗੇਟਿਵ ਅਤੇ ਪੋਜ਼ਿਟਿਵ ਹੁੰਦਾ ਹੈ ਬਟ ਪੋਜ਼ਿਟਿਵ ਕੱਢ ਲਈ ਆਪਾਂ ਠੀਕ ਹੈ ਨੋ ਡਾਊਟ ਬਹੁਤ ਨੁਕਸਾਨ ਹੋਏ ਸਭ ਕੁਛ ਹੋਏ ਬਟ ਆਪਾਂ ਸੋਚੀਏ ਜੇ ਹੋਏ ਤਾਂ ਸਾਰਿਆਂ ਦੇ ਹੋਏ ਨਾ ਇਟਸ ਓਕੇ ਕੋਈ ਗੱਲ ਨਹੀਂ ਅਤੇ ਦੂਜੀ ਗੱਲ ਜਿਹੜੀਆਂ 2 ਸਾਲ 'ਚ ਬਰੂਦਾਂ ਭਰ ਗਈਆਂ ਸੀਗੀਆਂ ਹੁਣ ਤਾਂ ਐਂ ਗੋਲੀਆਂ ਵਾਂਗੂ ਨਿਕਲਣਾ ਹੀ ਸੀ ਨਾ ਸਮਾਨ ਸਾਰਾ ਆਹ ਦੇਖ ਲਓ ਤੁਹਾਡੇ ਸਾਹਮਣੇ ਆ ਰਿਹਾ ਔਰ ਸਭ ਬਹੁਤ ਵਧੀਆ ਵਾ ਐਂ ਨਹੀਂ ਕਿ ਸਾਲ ਨਿਕਲ ਗਿਆ ਸਗੋਂ ਵਧੀਆ ਸਪੀਡ ਨਾਲ ਨਿਕਲ ਗਿਆ ਫੀਲ ਹੀ ਨਹੀਂ ਹੋਇਆ ਜਿਹੜੀ ਚੀਜ਼ ਫੀਲ ਨਹੀਂ ਹੁੰਦੀ ਮਤਲਬ ਉਹ ਬਹੁਤ ਜ਼ਿਆਦਾ ਵਧੀਆ ਸੀਗੀ ਸਾਡਾ ਤਾਂ ਪੂਰਾ ਪੰਜਾਬ ਹਿਮਾਚਲ ਹੀ ਘੁੰਮ ਰਿਹਾ ਸੀਗਾ ਉਸ ਉਹਨਾਂ ਦਿਨਾਂ ਦੇ ਵਿੱਚ ਓਬਵੀਅਸ ਜੀ ਗੱਲ ਹੈ ਕਿਉਂਕਿ ਉੱਥੇ ਸਵਾਦ ਕਰੋ ਅਤੇ ਕਲੀਨ ਸੀਗਾ ਸਭ ਕੁਝ ਸਹੀ ਸੀਗਾ ਅਤੇ ਓਬਵੀਅਸ ਜੀ ਗੱਲ ਹੈ ਸਾਡੇ ਕੋਲ ਹਿਮਾਚਲ ਪੈਂਦਾ ਅਤੇ ਹਿਮਾਚਲ ਸਾਰੇ ਤੌਰ ਪੈਂਦੇ ਨੇ ਸਾਰੇ ਬਿਲਕੁਲ
नवी पंगू जी दे नाल ते एक साडे एक्टर ने करणवीर खुल्लर ओ अज इत्थे नहीं ने ओ बॉम्बे शूट कर रहे ने उहनां दे नाल। और अगर गल करिए तुहाडी इस फिल्म दे विच स्टार कास्ट होर किहड़े किहड़े ने? स्टार कास्ट एक चाइल्ड आर्टिस्ट आ साडी जिहड़ी मेरी बेटी दा जिन्हां ने रोल कीता है गुन्नू नाया उहनां दा ते होर भी बाकी सारे मतलब ज़्यादा जिहड़े नवी अरोड़ा जी ते नवकिरण ने ते मतलब बहुत सारे करैक्टर ने छोटे छोटे सब दे रोल ने बट बहुत सारे उन्होंने तुहानु देखने को मिलेगा बट जिन्हें भी रोल ने ना बहुत दमदार रोल ने ये नहीं कह सकते मतलब उन्होंने जे उस स्क्रीन ते थोड़े टाइम आ रहे ने ना ते वो अपनी छाप छोड़ के जा रहे ने। हाँ मूवी दे विच तुहाडा आमना सामना हुंदा रहिंदा है? हाँ हुंदा रहिंदा है पड़ोसी ने मेरे। हाँ हुण भी तुहाडे पड़ोसी ने? हाँ हुण भी पड़ोसी ने। हाँ हाँ अच्छा मजे की गल है कि तुम्हें कुछ इधर थोड़े डायलॉग्स बहुत आने क्योंकि पड़ोसियों हमेशा खटपट रही है ना सो इन्हें कि खटपट सुनों देखने मिलेगी उनका कोई थोड़ा है सो असी लाइव डैमो चाहते हैं उनका है। हाँ एक सीन है शुरुआत इतों होगी आने वाली है उन्हें तो मैं आऊँगा। सत श्रीकाल बाबू जी। बाबू जी कहीं करो जे भाजी नहीं है तो कल ही आ जाओ मेरे कहने मतलब रोटी रोटी खावे गल करे सॉरी। हाँ जी बिट्टू जी ठीक है। और बाबू जी कोई है नहीं करे? नहीं वो ऑफिस गए ने। चलो ठीक है फिर नहीं ऐदा नहीं ओके बाबू जी सॉरी। सत श्री अकाल। एक्सप्रेशंस बहुत ज़्यादा नहीं जो ये सीन जो तुसी देखोगे ना एक्सप्रेशंस बहुत ज़्यादा नहीं एक्सप्रेशन ही सब कुछ दस रहे ने। हाँ बहुत प्यारा जो सीन आ जगह नहीं हैगी जगह नहीं हैगी इन्ना भरिया होया ना सीन एहो जिहा मतलब थानू मैं जेन्युइनली कह रहा जो भाभी ते बिट्टू मिलोगे ना थानू स्वाद आऊगा बिट्टू नू तो ज़्यादा आऊगा थानू उस तो भी ज़्यादा आऊगा। एक बार फिर देखने को मिलेगा कि भाभी जी घर पे है कि नहीं है। नहीं मैं दसदा इसमें ऐसा है कि भाभी जी ही घर पे हैं। तुसी की कहना चाहोगे? मैं कि ना इन्हें ना भाभी जी जी ऐस भाभी जी की कहना नहीं घर पे नहीं है। उन्हें उन्हें हस्बैंड भी करे ने नहीं नहीं अच्छा नहीं है के फिर सत श्री अकाल बिट्टू जी दूरों सत श्री अकाल। हाँ दूर सत श्री अकाल। चलो मूवी च लोग निकल के सोचेंगे और दसागा मैं ना फर्स्ट डे आया मेरा फर्स्ट सीन इन्होंने नाल सेगा ठीक है मैंने इन्ना घेंट फील होया ना इन्ना नैचुरल जहा फील आया ना ये आए अंदरों ये वो मैंने प्रॉपर लगा करैक्टर के बच्चे ने ठीक है ए फीलिंग हुआ एक्ट कर रहे हैं और ये भी इन्होंने बाद क्या स्वाद आ गया और एक्चुअल जो स्वाद आया और मैं जेन्युइनली एक होंगे ना इंटरव्यू कह देते हैं बहुत वधिया ये है वो है इदा उदा मूवी सच्ची बहुत घेंट नो डाउट कोई सुपर स्टार नहीं है स्टार ने नवी भाजी ये है ठीक है पर जेन्यूनली मैं कह रहा एक हूँ ना बहुत व्डे नोन फेस ना हो स्टिल स्टोरी बहुत घेंट हो पर मैं जेन्यूनली कह रहा स्टोरी बहुत घेंट है बस वड़ जियो बार स्वाद लेके आऊँगे। बिल्कुल आप गाने सुन रहे थे मूवी च बहुत सोहना गाना सी एक जगह पर जमा हो तीनों अमर अकबर एंटोनी है तो हूँ मौके पर कहना चाहूँगा एक जगह पर जमा हो तीनों रूप ते नेक ते बिट्टू दिलराज है नहीं हले और तुसी कहना चाहोगे एक जगह पर जमा हो तीनों तीनों छोड़ो दो ही हैं बिट्टू और भाभी और ऐसे नहीं ऐसे नहीं ऐसे नहीं गुन्नू बेटा कमरे में जाओ बातें करनी होती मतलब ये ऐसा नहीं है कि बहुत गंदा वाला है बहुत पॉजिटिव सा है आता है अच्छे से बात बात करता है और ध्यान भी रखता है इनका ध्यान भी रखता है इनका नहीं है बस ध्यान रखता है। सो तुसी पहले अपनी मूवी के किरदार बारे दस दो बिकॉज इन्हों का सानू पता लग गया गल्ला गल्ला कि तुसी इन्हां दे पड़ोसी बहुत प्यारे पड़ोसी और शरारती पड़ोसी है एक तरह के मैं बस यही कहूँगा जो मूवी सब कुछ सीरीयस चलता होएगा ना
ਤੁਹਾਡੀਆਂ ਧੜਕਣਾਂ ਐਂ 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 ਚੱਲਦੀਆਂ ਹੋਊਗੀਆਂ, ਮੈਂ ਐਂ ਕਰ ਦੂੰਗਾ ਆ ਕੇ, ਤੁਹਾਨੂੰ ਬਹੁਤ ਸਵਾਦ ਆਊਗਾ। ਇੱਕ ਹੁੰਦਾ ਨਾ ਖੱਟਾ ਮਿੱਠਾ, ਠੀਕ ਹੈ ਨਾ, ਉਹ ਕੰਬੀਨੇਸ਼ਨ ਬਣੂਗਾ ਜਦੋਂ ਮੈਂ ਆਊਂਗਾ, ਤੁਹਾਨੂੰ ਹਾਸਾ ਜ਼ਰੂਰ ਆਊਗਾ ਔਰ ਸਵਾਦ ਪੂਰਾ ਆਊਗਾ। ਔਰ ਐਕਚੁਅਲ ਦੇ ਵਿੱਚ ਜਿਹਨੂੰ ਕਹਿੰਦੇ ਨਾ ਕਾਮੇਡੀ ਲਾਊਡ ਵਾਲੀ ਆ, ਉਹ ਚੀਜ਼ ਨਹੀਂ ਹੈਗੀ, ਨੈਚੁਰਲ ਹੋਊਗਾ, ਸਵਾਦ ਹੋਊਗਾ। ਸੋ ਜਾਂਦੇ ਜਾਂਦੇ ਤੁਸੀਂ ਸਾਡੇ ਦੇਸ਼ ਦੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਮੂਵੀ ਬਾਰੇ? ਮੂਵੀ ਬਾਰੇ ਆਹੀ ਕਹੂੰਗਾ ਕਿ ਤੁਹਾਨੂੰ ਚੀਜ਼ ਕਨਵਿੰਸ ਕਰ ਰਹੀ ਹੈ ਆਉਣ ਲਈ, ਠੀਕ ਹੈ ਜਾਂ ਨਹੀਂ ਕਰ ਰਹੀ ਮੈਨੂੰ ਪਤਾ ਨਹੀਂ, ਪਰ ਮੈਂ ਜੈਨੂਨਲੀ ਕਹੂੰਗਾ ਜੇ ਜਾਂਦੇ ਸਾਲ ਦਾ ਸਵਾਦ ਲੈਣਾ ਨਾ ਥੀਏਟਰ 'ਚ ਜਾ ਕੇ ਬਹਿ ਜਾਇਓ। ਸੀਰੀਅਸਲੀ ਕਹਿ ਰਿਹਾ, ਮਜ਼ਾ ਆਊਗਾ। ਇੱਕ ਹੁੰਦਾ ਨਾ ਆਪਦੀ ਮੂਵੀ ਨੂੰ ਵਧੀਆ ਕਹਿਣਾ, ਨਹੀਂ ਮੈਂ ਆਪਦੀ ਚੀਜ਼ ਨੂੰ ਮਾੜਾ ਕਹਿਣਾ ਕਿ ਯਾਰ ਆਹ ਚੀਜ਼ ਮਾੜੀ ਹੋਈ, ਆਹ ਚੀਜ਼ ਵਧੀਆ ਹੋਈ। ਮੈਂ ਜੈਨੂਨਲੀ ਕਹਿ ਰਿਹਾ ਮੈਨੂੰ ਬਹੁਤ ਖੁਸ਼ੀ ਹੈ, ਮੈਂ ਇਸ ਮੂਵੀ ਦਾ ਪਾਰਟ ਹਾਂ, ਠੀਕ ਹੈ। ਜੋ ਕਰੈਕਟਰ ਮੈਂ ਨਿਭਾਇਆ ਨਾ ਉਹ ਮੈਨੂੰ ਹੀ ਸੀਗਾ ਕਿ ਹਾਂ ਮੈਂ ਖੁਦ ਹੀ ਕਰਾਂ, ਬਿਕੋਜ਼ ਜਦੋਂ ਆਈ ਨਾ ਮੇਰੇ ਕੋਲ ਚੀਜ਼ ਮੈਨੂੰ ਐਂ ਲੱਗਾ ਕਿ ਮੈਂ ਹੀ ਹਾਂ, ਠੀਕ ਹੈ। ਅਤੇ ਜੋ ਆਪਾਂ ਦਿਲੋਂ ਕਰਦੇ ਨਾ ਚੀਜ਼ਾਂ ਉਹ ਸੋਹਣੀਆਂ ਨਿਕਲਦੀਆਂ, ਔਰ ਸੱਚੀ ਇਹ ਚੀਜ਼ ਬਹੁਤ ਖੂਬਸੂਰਤ ਹੈ, ਇਹਦਾ ਆਨੰਦ ਲਓ। ਬਿਲਕੁਲ, ਤੁਹਾਡੇ ਅਪਕਮਿੰਗ ਪ੍ਰੋਜੈਕਟਸ ਕੀ ਨੇ ਇਸ ਤੋਂ ਬਾਅਦ? ਇਸ ਤੋਂ ਬਾਅਦ ਮੇਰੀ ਫਿਲਮ ਆ ਰਹੀ ਫੁਰਤੀਲਾ, ਜਿਹਨਾਂ ਨੇ ਵਾਰਨਿੰਗ ਬਣਾਈ ਸੀਗੀ ਅਮਰ ਬਾਈ ਨੇ, ਉਹਨਾਂ ਨਾਲ ਜੱਸੀ ਗਿੱਲ ਅਤੇ ਮੈਂ ਪੈਰਲਲ ਲੀਡ ਦੇ ਵਿੱਚ ਹਾਂ। ਅਤੇ ਉਸ ਤੋਂ ਬਾਅਦ ਮੇਰੀ ਫਿਲਮ ਆ ਰਹੀ ਹੈ ਆਪਣਾ ਦਿਲਾਵਾਰਾ, ਵਾਈਟ ਹਿੱਲ ਦੀ ਪਹਿਲੀ ਹਿੰਦੀ ਫੀਚਰ ਫਿਲਮ ਹੈ, ਉਹ 'ਚ ਮੈਂ ਲੀਡ 'ਚ ਹਾਂ। ਅਤੇ ਮੇਰਾ ਸ਼ੋਅ ਚੱਲ ਰਿਹਾ 7:30 ਵਜੇ ਆਉਂਦਾ ਦਿਲਦਾਰੀਆਂ, ਮੰਡੇ ਟੂ ਫਰਾਈਡੇ, ਉਹ 'ਚ ਮੈਂ ਲੀਡ ਦੇ ਵਿੱਚ ਹਾਂ। ਅਤੇ ਉਸ ਤੋਂ ਇਲਾਵਾ ਇੱਕ ਸੀਰੀਜ਼ ਆਉਣ ਵਾਲੀ ਹੈ, ਉਹ ਹਸੀਨਾ ਜ਼ੁਲਮਾਂ ਵਾਲੀ, ਉਹ ਵੀ ਵਾਈਟ ਹਿੱਲ ਦੀ ਪਹਿਲੀ ਹਿੰਦੀ ਸੀਰੀਜ਼ ਹੈ, ਉਹ 'ਚ ਮੇਰਾ ਡਬਲ ਰੋਲ ਹੈ, ਤੁਹਾਨੂੰ ਭਰ ਦਿਆਂਗੇ ਸਾਰਾ ਕੁਝ। ਅੱਛਾ, ਜਾਂਦੇ ਜਾਂਦੇ ਮੈਨੂੰ ਲੱਗਦਾ ਕਿ ਅਸੀਂ ਤਾਂ ਤੁਸੀਂ ਦੋਨੋਂ ਭਾਬੀ ਜੀ ਨੇ ਰਿਕੁਐਸਟ ਕਰਦੇ ਕਿ ਗਾਣਾ ਸੁਣਾ ਦੇਣ। ਆਪਾਂ ਇਹਦਾ ਨਹੀਂ ਜਨੇਕ ਭਾਈ ਘਰੇ ਨਹੀਂ ਹੈਗੇ ਤੇ ਗਾਣਾ ਹੀ ਸੁਣਾ ਦੋ ਤੁਸੀਂ ਨਾ ਮੇਰੀ ਬੇਇੱਜ਼ਤੀ ਕਰਾਉਂਗੇ। ਤੁਮ੍ਹੇ ਕੋਈ ਔਰ ਦੇਖੇ ਤੋ ਜਲਤਾ ਹੈ ਦਿਲ, ਬੜੀ ਮੁਸ਼ਕਿਲੋਂ ਸੇ ਫਿਰ ਸੰਭਲਤਾ ਹੈ ਦਿਲ, ਕਿਆ ਕਿਆ ਜਤਨ ਕਰਤੇ ਹੈ ਤੁਮ੍ਹੇ ਕਿਆ ਬਤਾਏ, ਯੇ ਦਿਲ ਬੇਕਰਾਰ ਕਿਤਨਾ ਯੇ ਹਮ ਨਹੀਂ ਜਾਣਤੇ, ਮਗਰ ਜੀ ਨਹੀਂ ਸਕਤੇ ਤੁਮਹਾਰੇ ਬਿਨਾ। ਬਸ ਬਿੱਟੂ ਖੁਸ਼ ਹੋ ਗਿਆ, ਇਹ ਚੀਜ਼ਾਂ ਫਿਲਮ 'ਚ ਕਿਉਂ ਨਹੀਂ ਸੁਣਾਈਆਂ ਹੈ? ਬਿੱਟੂ ਨਾਰਾਜ਼ ਹੀ ਰਹਿ ਗਿਆ ਸੀ। ਜਿਹੜਾ ਫਨ ਐਲੀਮੈਂਟ ਆ ਨਾ ਉਹ ਬਿੱਟੂ ਹੀ ਆ, ਸੀਰੀਅਸਲੀ ਬਿੱਟੂ ਹੀ ਆ। ਬਿਲਕੁਲ, ਫਿਰ ਮਤਲਬ ਮੂਵੀ ਦੇਖਣ ਤੋਂ ਸਾਰੇ ਕਹਿਣਗੇ ਕਿ ਪੜੋਸੀ ਹੋਵੇ ਤਾਂ ਬਿੱਟੂ ਵਰਗਾ, ਬਿੱਟੂ ਵਰਗਾ ਹੋਵੇ ਅਤੇ ਭਾਬੀ ਹੋਣ ਇਹਨਾਂ ਵਰਗੀ। ਚਲੋ ਠੀਕ ਹੈ, ਜਾਂਦੇ ਦੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਇਹ ਕਹਿਣਾ ਚਾਹੂੰਗੀ ਕਿ ਸਾਡੀ ਮੂਵੀ ਰੀਅਲ ਲਾਈਫ ਇਵੈਂਟਸ 'ਤੇ ਬੇਸਡ ਆ, ਅਤੇ ਬਹੁਤ ਘੱਟ ਇੱਦਾਂ ਦੀਆਂ ਫਿਲਮਾਂ ਹੁੰਦੀਆਂ ਨੇ ਪੰਜਾਬੀ ਇੰਡਸਟਰੀ ਵਿੱਚ, ਪਹਿਲੀ ਇਹੋ ਜਿਹੀ ਫਿਲਮ ਆ। ਅਤੇ ਜਿਹੜੇ ਸਾਡੇ ਡਾਇਰੈਕਟਰ ਨੇ ਅਤੇ ਪ੍ਰੋਡਿਊਸਰਸ ਨੇ, ਉਹਨਾਂ ਨੇ ਬਹੁਤ ਵੱਡਾ ਚੈਲੰਜ ਐਕਸੈਪਟ ਕੀਤਾ ਇੱਦਾਂ ਦੀ ਫਿਲਮ ਅਤੇ ਇੱਦਾਂ ਦਾ ਟੋਪਿਕ ਚੂਜ਼ ਕਰਕੇ। ਅਤੇ ਮੈਨੂੰ ਲੱਗਦਾ ਤੁਹਾਨੂੰ ਦੇਖਣ ਜ਼ਰੂਰ ਜਾਣਾ ਚਾਹੀਦਾ, ਤੁਹਾਨੂੰ ਵਧੀਆ ਲੱਗੂਗੀ। ਜੇ ਤੁਹਾਨੂੰ ਫਿਲਮ ਦੇਖ ਕੇ ਗੂਜ਼ਬੰਬਸ ਨਾ ਆਉਣ, ਤੁਸੀਂ ਮੇਰਾ ਨਾਂ ਚੇਂਜ ਕਰ ਦਿਓ, ਤੁਸੀਂ ਮੈਨੂੰ ਰੂਪ ਬੁਲਾ ਸਕਦੇ ਹੋ। ਨਹੀਂ, ਫਿਲਮ ਦੇਖਣ ਤੋਂ ਬਾਅਦ ਤੁਸੀਂ ਸੱਚੀ ਰੂਪ ਹੀ ਬੁਲਾਓਗੇ, ਬਿਕੋਜ਼ ਇਹਨਾਂ ਨੇ ਕਿਰਦਾਰ ਮਤਲਬ ਬਖੂਬੀ ਨਿਭਾਇਆ ਵਾ, ਔਰ ਜੈਨੂਨਲੀ ਨਾ ਇਹਨਾਂ ਸਾਹਮਣੇ ਮੈਂ ਹੋਈ ਕਿਹਾ ਨਾ, ਪਹਿਲਾ ਸੀਨ ਖੜ੍ਹਦੇ ਸਾਰੀ ਮੈਨੂੰ ਐਂ ਲੱਗਾ ਸੀ ਰੂਪ ਤੁਹਾਨੂੰ ਬਹੁਤ ਸਹੀ ਲੱਗੂਗਾ, ਬਹੁਤ ਮਜ਼ਾ ਆਊਗਾ। ਜੈਨੂਨਲੀ ਕਹਿ ਰਿਹਾ, ਸੱਚੀ ਦਿਲੋਂ ਕੰਮ ਕੀਤਾ ਔਰ ਆਲ ਓਵਰ ਬਹੁਤ ਵਧੀਆ ਬਣਿਆ। ਥੈਂਕ ਯੂ ਸੋ ਮਚ, ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ। ਸੋ ਦੋਸਤੋ, ਅਸੀਂ ਆਸ ਕਰਦੇ ਕਿ ਤੁਹਾਨੂੰ ਸਾਡਾ ਤਾਂ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਹੋਇਆ, ਲੁਧਿਆਣਾ ਦੇ ਪੇਜ ਲਾਈਕ ਕਰੋ, ਸਬਸਕ੍ਰਾਈਬ ਕਰੋ, ਪ੍ਰੋਗਰਾਮ ਵਧੀਆ ਲੱਗਿਆ ਸੋ ਪਲੀਜ਼ ਸ਼ੇਅਰ ਜ਼ਰੂਰ ਕਰੋ। ਸੋ ਕੈਮਰਾ ਪਰਸਨ ਹਰਜੀਤ ਦੇ ਨਾਲ ਹਰਦੀਪ ਦੁਆ ਨੂੰ ਦਿਓ ਇਜਾਜ਼ਤ, ਧੰਨਵਾਦ।